ਤੁਸੀਂ ਦੋ ਬੋਤਲਾਂ ਅਤੇ ਇੱਕ ਟਵਿਨ ਲਿਡ ਦੇ ਨਾਲ ਇੱਕ ਟੋਰਨੇਡੋ ਪੈਦਾ ਕਰਨ ਦੀ ਕਲਪਨਾ ਕਰੋ। ਟਵਿਨ ਲਿਡ ਦੇ ਦੋਹਾਂ ਸਿਰਿਆਂ ਤੇ ਧਾਗਾ ਹੈ, ਇਸ ਲਈ ਦੋ ਬੋਤਲਾਂ ਨੂੰ ਇਸ ਨਾਲ ਸਕਰਿਊ ਕਰ ਦਿਓ। ਦੋ ਆਮ ਢੱਕਣ ਲਵੋ ਜਿਨ੍ਹਾਂ ਵਿੱਚ ਛੇਦ ਹੋਵੇ। ਦੋਹਾਂ ਨੂੰ ਆਪਸ ਵਿੱਚ ਪਿੱਛੇ ਤੋਂ ਜੋੜ ਕੇ ਰੱਖੋ ਅਤੇ ਹੁਣ ਉਸ ਉੱਤੇ ਇੱਕ ਟੇਪ ਲਪੇਟ ਦਿਓ ਤੇ ਇਸ ਨੂੰ ਟਵਿਨ ਲਿਡ ਦੀ ਤਰ੍ਹਾਂ ਬਣਾ ਦਿਓ। ਟਵਿਨ ਲਿਡ ਤੇ ਇੱਕ ਲੰਬੀ ਪਲਾਸਟਿਕ ਬੋਤਲ ਨੂੰ ਸਕਰਿਊ ਕਰ ਦਿਓ। ਹੁਣ ਇਸ ਸਾਰੇ ਇਕੱਠ ਨੂੰ ਦੂਸਰੀ ਬੋਤਲ ਨਾਲ ਜੋੜ ਦਿਓ ਜੋ ਕਿ ਪਾਣੀ ਨਾਲ ਭਰੀ ਹੋਈ ਹੈ। ਹੁਣ ਤੁਸੀਂ ਦੇਖੋਗੇ ਕਿ ਦੋਵੇਂ ਬੋਤਲਾਂ ਆਪਸ ਵਿੱਚ ਜੁੜੀਆਂ ਹਨ ਅਤੇ ਹੇਠਾਂ ਵਾਲੀ ਬੋਤਲ ਵਿੱਚ ਪਾਣੀ ਭਰਿਆ ਹੈ। ਤੁਸੀਂ ਇਹਨਾਂ ਨੂੰ ਉਲਟਾ ਕਰ ਦਿਓ ਅਤੇ ਜ਼ੋਰ ਨਾਲ ਗੋਲਾਕਾਰ ਦਿਸ਼ਾ ਵਿੱਚ ਘੁਮਾਓ। ਤੁਹਾਨੂੰ ਇਹ ਦੇਖ ਕੇ ਹੈਰਾਨੀ ਹੋਵੇਗੀ ਕਿ ਕਿਸ ਤਰ੍ਹਾਂ ਪਾਣੀ ਵਾਗਰੋਲੇ ਵਾਂਗ ਘੁੰਮਦਾ ਹੋਇਆ ਹੇਠਾਂ ਵਾਲੀ ਬੋਤਲ ਵਿੱਚ ਡਿੱਗਦਾ ਹੈ। ਦੋ ਬੋਤਲਾਂ ਤੋਂ ਤੁਸੀਂ ਇੱਕ ਸ਼ਾਨਦਾਰ ਟੋਰਨੇਡੋ ਬਣਾ ਸਕਦੇ ਹੋ।